ਭਾਵੇਂ ਮਾਝਾ ਮਾਲਵਾ ਦੁਆਬਾ ਹਰਿਆਣਾ ਹਰੇਕਾਂ ਕੱਪਾਂ ਤੇ ਜਾਂਦੇ ਨੇ ਘੱਟੋ ਘੱਟ ਮੇਰੇ ਵੀਰਿਓ ਕੱਲੇ ਕਬੱਡੀ ਕੱਪਾਂ ਦੇ ਲਈ ਨਹੀਂ ਨੋਟ ਮਾਰਦੇ ਉੱਗੇ ਸਮਾਜ ਸੇਵਾ ਦੇ ਕੰਮ ਵੀ ਸਾਲ ਦੇ ਵਿੱਚ 365 ਦਿਨ ਲੱਗੇ ਰਹਿੰਦੇ ਨੇ ਸਾਡੇ ਭਰਾ ਤਹਿ ਦਿਲੋ ਧੰਨਵਾਦ ਕਰਦੇ ਹਾਂ ਹੈਲੋ ਹਾਂਜੀ ਅਸੀਂ ਸਨਮਾਨ ਕਰਨ ਜਾ ਰਹੇ ਹਾਂ ਕੌਰੀ ਦਿਆਲ ਭਰਾ ਸਾਡਾ ਵੀਰ ਜਿਹਨਾਂ ਦੇ ਕਹਿੰਦੇ ਵੀ 30 ਤਰੀਕਾਂ ਨੇ ਕਬੱਡੀ ਕੱਪ ਦੀਆਂ ਕੌਰੀ ਦਿਆਲਪੁਰੇ ਵਾਲਾ ਸਾਡਾ ਭਰਾ ਸੱਦੇ ਦਾ 1,71,00 ਪ੍ਰਾਈਜ਼ ਹੈ ਮੋਟਰਸਾਈਕਲ ਦਿੱਤੇ ਜਾਣਗੇ ਸਾਡੇ ਵੀਰ ਦਾ ਸਨਮਾਨ 37 ਬਾਈ ਦਿਆਲਪੁਰਾ ਆ 37 ਭਾਈ ਰੁਪਏ ਵਾਲਾ ਸਾਡਾ ਵੀਰ ਪਊਆ ਨਿਰਮਲ ਢੇਡ ਸਾਹਿਬ ਹੀ ਪੁੱਜਿਆ ਸਗਾਲੀ ਵਾਲੇ ਸਾਡੇ ਭਰਾ ਜੀਆਂ ਨੂੰ ਬਿੱਲੂ ਜੀ ਹੋਰ ਦੱਸੋ ਮਨਦੀਪ ਸ਼ਰਮਾ ਜੀ ਆ ਜਾਓ ਆਓ ਸ਼ਰਮਾ ਜੀ ਮਨਦੀਪ ਸ਼ਰਮਾ ਜੀ ਲੈ ਵੀ ਖਿਡਾਰੀ ਵੀਰਿਓ ਖੜੋ ਇੰਨੀਆਂ ਧੂੜਾਂ ਕਿਉਂ ਡਾਉਂਦੇ ਹੋ ਲੈ ਵੀ ਸਵਰ ਨੇ ਕਿੰਨੇ ਸਨਮਾਨ ਲਗੇ ਪਊਏ ਦੀ ਥੋੜੇ ਰਹਿੰਦਾ ਜੀ ਬਸ 5 ਮਿੰਟ ਕੀਪਾ ਮਡੇਰ ਭਾਈ ਰੂਪਾ ਆ ਜਾਓ ਪੱਕਾ ਸੁਣਾਵਾਂਗੇ ਵੀਰਿਓ ਦਰਸ਼ਨ ਬੱਚੀ ਕਰਾਚੋਂ ਆਓ ਜੀ ਦਰਸ਼ਨ ਆ ਜਾਓ ਕਾਲਾ ਖੋਖਾਲਾ ਰਾਜੂ ਗੱਗੜਪੁਰ ਕੇਵਲ ਦਿਆਲਪੁਰਾ ਜੀ ਤੇ ਨਾਲ ਫਾਂਤਮ ਟੋਡੇ ਵਾਲਾ ਵੀ ਆਵੇ ਫਾਂਤ ਵੀ ਆਵੇ ਜੀ ਲੈ ਵੀ ਖੜੋ ਖਿਡਾਰੀ ਵੀਰਿਓ ਆ ਮੈਚ ਤੋਂ ਬਾਅਦ ਪਊਆ ਵੀ ਸੁਣਾਵਾਂਗੇ ਤੇ ਇੱਕ ਸਾਈਕਲ ਦੀ ਵੀ ਫਰਮਾਇਸ਼ ਹੈ ਜਿਹੜੇ ਆਪਣੇ ਭਰਾ ਡੇਲੀ ਕਾਲਾ ਤੇ ਰਾਜੂ ਆ ਜਾਓ ਖੜੋ ਖਿਡਾਰੀ ਵੀਰਿਓ ਕਿਹੜਾ ਰਾਜੂ ਆ ਜਾ ਦਰਸ਼ਨ ਬੱਚੀ ਅੰਤਰਰਾਸ਼ਟਰੀ ਖਿਡਾਰੀ ਤੇ ਕੋਚ ਐਨਆਰਈ ਕਲੱਬ ਨਕੋਦਰ ਔਰ ਇੰਟਰਨੈਸ਼ਨਲ ਐਵਸ 4 ਕਬੱਡੀ ਕਲੱਬ ਦੇ ਕਹਿੰਦੇ ਵੀ ਮੇਨ ਆਰਗੇਨਾਈਜ਼ਰਾਂ 'ਚ ਨਾਂ ਹੈ ਰਾਜੂ ਗੱਗੜਪੁਰੀ ਦਾ ਬਲਜੀਤ ਹੋਰਾਂ ਦਾ ਬਿੰਦਰ ਹੋਰਾਂ ਦਾ ਬਾਈ ਬੱਬਲ ਹੋਰਾਂ ਦੇ ਨਾਲ ਬਾਈ ਮਨਵੀਰ ਔਜਲੇ ਹੋਰਾਂ ਦੇ ਨਾਲ ਕਾਕਾ ਸੇਖੋਂ ਤੇ ਮਨੀ ਉਹ ਵੀ ਆਪਣਾ ਸਨਮਾਨ ਲਓ ਮਨੀ ਬਾਈ ਸਾਡਾ ਭਰਾ ਹੈ ਤੇ ਕਾਕਾ ਸੇਖੋਂ ਉਹ ਵੀ ਆ ਜਾਓ ਰੌਲੀ ਪੰਜਾਬੀ ਲੋਕ ਗਾਇਕ ਪੁੱਜਿਆ ਉਹਨਾਂ ਨੂੰ ਗਰਾਊਂਡ 'ਚ ਵੀ ਲੈ ਕੇ ਆਵਾਂਗੇ ਤੇ ਉਹਨਾਂ ਦੇ ਵੱਡੇ ਮਾਨ ਸਨਮਾਨ ਵੀ ਕੀਤੇ ਜਾਣੇ ਹੈ ਕਿਉਂਕਿ ਸਵਰਨਿਆ ਮਨੀ ਸੇਖੋ ਸਾਡਾ ਉਹ ਭਰਾ ਹੈ ਜਿਹਨੇ ਪਹਿਲੀ ਵਾਰ ਡਬਈ ਦੀ ਧਰਤੀ ਤੇ ਜਿਹਦੇ ਪਿਆਰ ਸਦਕਾ ਮੈਚ ਬੋਲਣ ਗਿਆ ਸੀ ਮੇਰੇ ਵੀਰਿਓ ਸਾਡੇ ਕਾਲੇ ਹੋਰਾਂ ਦਾ ਭਰਾ ਇੰਦਰਜੀਤ ਹੋਰਾਂ ਦਾ ਭਰਾ ਹੈ ਮਨੀ ਸੇਖੋ ਵੀਰ ਚਾਲ ਹੈ ਸਾਡੀ ਮਨੀ ਸੇਖੋ ਸਾਡਾ ਭਰਾ ਕਾਲੇ ਹੋਰਾਂ ਦੇ ਵੀਰ ਕਹਿੰਦੇ ਵੀ ਦਬਈ 'ਚ ਵੱਡੇ ਕਾਰੋਬਾਰ ਹੈ ਲੈ ਵੀ ਸਤਵਿੰਦਰ ਬਾਈ ਜੀ ਸਰਪੰਚ ਸਾਹਿਬ ਜਿਹੜੇ ਪਾਸੇ ਜੱਫਾ ਲੱਗੂ ਜੈਲਦਾਰ ਸੁਜੀਵਨ ਸਿੰਘ ਸਰਪੰਚ ਸਾਹਿਬ ਚੇਅਰਮੈਨ ਸਰਦਾਰ ਜਸਵੀਰ ਸਿੰਘ ਜੈਲ ਸਾਹਿਬ ਉਹਨਾਂ ਵੱਲੋਂ 100 ਰੁਪਇਆ ਹੋਣਾ ਸਾਹਮਣੇ ਗੋਰਾ ਕੋਟੀ ਪਾਉਂਦਾ ਹਰਿਆਣੇ ਵਾਲਾ ਤੇ ਦੂਜੇ ਪਾਸੇ ਦਰਸ਼ਪਾਲ ਸੀਨਾ ਜੀ ਉਹ ਵੀ ਆ ਜਾਣਾ ਆਪਣਾ ਸਨਮਾਨ ਲੈ ਲੈਣਗੇ ਤੇ ਬਲਜੀਤ ਗੱਗੜਪੁਰ ਦੀ ਪਲੀਜ਼ ਆ ਜਾਓ ਦਰਸ਼ਪਾਲ ਸੀਨਾ ਜੀ ਬਲਜੀਤ ਗੱਗੜਪੁਰ ਬਿੰਦਰ ਬਾਈ ਸਾਰੇ ਆ ਜਾਓ ਆ ਜਿਹੜੇ ਸਟੇਜ ਤੋਂ ਮਾਨ ਸਨਮਾਨ ਹੋ ਰਹੇ ਹੈ ਫਾਂਤ ਮਟੋਡੇ ਵਾਲਾ ਕਾਲਾ ਖੋਖ ਵਾਲਾ ਫਾਂਤ ਵੀ ਕਹਿੰਦੇ ਯਾਰਾਂ ਦਾ ਯਾਰ ਹੈ 5 ਸਾਲ ਇੰਗਲੈਂਡ ਦੀ ਧਰਤੀ ਤੇ ਬੜਾ ਤਕੜਾ ਖੇਡਿਆ ਹੈ ਮਟੋਡੇ ਵਾਲੇ ਫਾਂਤ ਦਾ ਵੀ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਬਲਜੀਤ ਜੀ ਆ ਜਾਓ ਬਿੰਦਰ ਰਿਸ਼ਪਾਂ ਸੀਨਾ ਜੀ ਲਿਆਓ ਜੀ ਟਰੋਫੀਆਂ ਸਾਰੀਆਂ ਸਰ ਨੇ ਜਿਹੜੇ ਕੁਛ ਸਨਮਾਨ ਨੇ ਆ ਮੈਚ ਤੋਂ ਬਾਅਦ ਅੱਧਾ ਘੰਟਾ ਆਪਾਂ ਵਿਹਲੇ ਰਵਾਂਗੇ ਬਸ ਆਈ ਆਈ ਕਰਵਾ ਕੇ ਬਸ ਓਕੇ ਕਰ ਦਿਓ ਬਸ ਸਾਹਮਣੇ T2 ਕਹਿੰਦੇ ਹਰਿਆਣੇ ਵਾਲਾ ਮੇਰੇ ਵੀਰੋ ਕਬੱਡੀ ਪਾ ਕੇ ਵਾਪਸ ਵਰਤੇ ਹੈ ਆਏ ਮੁੰਡਾ ਲਾਡੀ ਕਕਰਾੜੇ ਨਾਭੇ ਦੀ ਧਰਤੀ ਦਾ ਮੇਰੇ ਵੀਰਿਓ ਜਿਹੜੀ ਧਰਤੀ ਦੇ ਸਰਦਾਰ ਨਸੱਤਰ ਸਿੰਘ ਜੀ ਸਰੋ USA ਦੀ ਧਰਤੀ ਦੇ ਵੱਸਦੇ ਨੇ ਮੇਰੇ ਵੀਰਿਓ ਉਹਨਾਂ ਦਾ ਗ੍ਰਾਈ ਤੁਹਾਡੇ ਸਾਹਮਣੇ ਕਬੱਡੀ ਕਰਵਾ ਪਾ ਰਿਹਾ ਹਰ ਇੱਕ ਸਾਲ ਵੱਡਾ ਕਬੱਡੀ ਕੱਪ ਕਰਵਾਉਂਦੇ ਨੇ ਇੱਕ ਪਾਸੇ ਦੀਪ ਸਿਰਸਲ ਵਾਲੇ ਦਾ ਛੋਟਾ ਵੀਰ ਟਰਾਈ ਕਰਦਾ ਤੇ ਦੂਜੇ ਪਾਸੇ ਲਾਡੀ ਹੈ ਗਿੱਟਾ ਫੜ ਲਿਆ ਐਂ ਗਿੱਟਾ ਫੜਿਆ ਜਿਵੇਂ ਸਾਡੇ ਪਿੰਡਾਂ ਨਸੀਬ ਟੇਲਰ ਨਾ ਜਦੋਂ ਕੋਈ ਕੁੜਤਾ ਪਜਾਮਾ ਸਿਲਾਉਣ ਜਾਂਦਾ ਪਹਿਲਾਂ ਮੋਢਿਆਂ ਦਾ ਨਾਪ ਲੈਂਦਾ ਫਿਰ ਲੱਕ ਦਾ ਨਾਪ ਲੈਂਦਾ ਫਿਰ ਲੰਬਾਈ ਨਾਪਦਾ ਫਿਰ ਐਂਡ ਤੇ ਆ ਕੇ ਗਿੱਟੇ ਦੇ ਆਲੇ ਦੁਆਲੇ ਫੀਤਾ ਪਾ ਕੇ ਬਹਿ ਜਾਂਦਾ ਫਿਰ ਕਹਿੰਦਾ ਹੁੰਦਾ ਕਿ ਹੁਣ ਦੱਸ ਮਿੱਤਰਾ ਪਜਾਮੇ ਦੀ ਮੂਹਰੀ ਕਿੰਨੀ ਇੰਚ ਰੱਖੀਏ ਉਸੇ ਤਰ੍ਹਾਂ ਮੁੰਡੇ ਨੇ ਨਾਪ ਲਿੱਤਾ ਜੱਫਾ ਲਾਇਆ 100 ਰੁਪਇਆ ਸਾਡੇ ਸਤਿਕਾਰਯੋਗ ਮੇਰੇ ਵੀਰੋ ਜਸਵੀਰ ਸਿੰਘ ਜੈਲ ਚੇਅਰਮੈਨ ਸਾਹਿਬ ਤੇ ਨਾਲ ਸਾਡੇ ਸੁਜੀਵਨ ਸਿੰਘ ਜੀ ਜੈਲਦਾਰ ਸਰਪੰਚ ਸਾਹਿਬ ਉਹਨਾਂ ਵੱਲੋਂ ਹੈ
चलो जवाना पा कबड्डी सामने तक रहे कि मां खेड़ कबड्डी ककराले वाला कौडी पाउण दे लई अगे वल वाधा होया है ते दूजे पासे संजू है मेरे वीरो मां खेड़ कबड्डी का जाल मजाफी सामने जफा लाउंदा होया बल्ले बल्ले हो गई मित्रों 100 रुपया होर साडे सत्कार जो सुजीवर सिंह जी सरपंच साहब जलदार साहब ते जसवीर सिंह चेयरमैन साहब ते नाल साडा राजपाल सिंह जी बिल्लू पंच ठेकेदार भरा बड़े मन संधु भरावान ने भी किए है ते नाल साडे भाई गुरजीत सिंह हैप्पी पंच साहब ते सुखविंदर सिंह सुखी पंच साहब सोहण सिंह जी पंच साहब ते कुलदीप सिंह पंच साहब मखण सिंह पंच साहब साडे हाकमदीन जी पंच साहब भाई वाह लो इधर देखो लगता है जफा मेरे वीरियो एन चोटी का एक बने हरियाणे वाला दूजे बने पंजाब वाला है गोपी जे मूव स्प्रे किसी को गोपी मूव स्प्रे ग्राउंड में लेंगे केलों वाले आ सेबी कृष्ण मदेसा सारे कमेंटे करांदा तहे दिलों धन्यवाद करदे आ गुरतेज कोटड़े वाला ते नाल पेंदी कबड्डी शेड़ कहानी सुनने आ लो पलवान मेरे वीरियो समय रेड पा रहे हैं चार जाफी आ हरियाणे वाले देखते हैं सत्ता झनेड़ी वाला फैसले करता है ਘਰਾਚੋਂ ਵਾਲਾ ਕਸ਼ਮੀਰਾ ਵੀ ਆਪਣੇ ਸਮੇਂ ਦਾ ਸਟਾਰ ਹੈ ਨੈਬ ਸਿੰਘ ਡੈਣੀ ਥਾਣੇਦਾਰ ਮਨੀ ਧੂੜ ਵਾਲਾ ਕਹਿੰਦੇ ਵੀ ਚੋਟੀ ਦੇ ਅੱਜ ਅਫੀਸਰ ਪੁੱਜਿਆ ਧੰਨਵਾਦ ਹੈ ਉਧਰੇ ਸਾਹਮਣੇ ਬੈਠਾ ਸਵਰਨਿਆ ਬਿੱਟੂ ਸ਼ੰਕਰੀਆ ਕਲਮੰਦਾ ਧਨੀ ਹੈ ਸਾਡਾ ਭਰਾ ਮੇਰੇ ਵੀਰੋ ਬੜੇ ਵਧੀਆ ਬੋਲ ਲਿਖਦਾ ਹੈ ਉਹ ਵੀ ਤੱਕਦਾ ਕਿ ਮੁੰਡਾ ਇੱਕ ਪਾਸੇ ਕਕਰਾਲੇ ਵਾਲਾ ਸ਼ੀਰਾ ਟਰਾਈ ਕਰਦਾ ਹੈ ਅੱਜ ਹਰਿਆਣੇ ਦੇ ਪੁਲਿਸ ਵਾਲੇ ਬੱਬਰ ਸ਼ੇਰ ਨੂੰ ਘੇਰ ਗਏ ਹੈ ਆ ਕੰਪਨੀ ਟੀਮ ਦੇ ਵਿੱਚ ਜੋੜ ਗਏ ਹੈ ਚਲੋ ਜਵਾਨਾ ਪਾ ਕਬੱਡੀ ਸਾਹਮਣੇ ਤੱਕਾਂਗੇ ਹਰਿਆਣੇ ਵਾਲੇ ਚਾਰ ਜਾਫੀ ਨੇ ਦੀਪ ਖੜ ਕੇ ਆ ਕੇ ਇੱਧਰ ਕਹਿੰਦਾ ਫਾਈਨਲ 'ਚ ਜ਼ੋਰ ਲਾਊਂਗਾ ਬੈਟਰੇਟਰ ਬੈਟ ਜਾਫੀਆਂ ਨੂੰ 21,000 ਸਵਰਨਿਆ ਹਾਂਜੀ ਬਈ ਵਾਹ ਅੱਜ ਵੇਖਾਂਗੇ 21,000 ਕਿੱਧਰ ਨੂੰ ਜਾਊਗਾ ਤੇ ਦੂਜੇ ਪਾਸੇ ਮੁਕਾਬਲਾ ਦੀਪ ਦੇ ਭਰਾ ਦੇ ਨਾਲ ਹੈ ਅੰਕੜਾ ਕਕਰਾਲੇ ਦੀ ਟੀਮ ਨੇ ਜੁੜਿਆ ਹੈ ਕਰੀ ਗੱਲ ਰਜਤ ਕੌਡੀ ਪਾਉਂਦਾ ਹੈ ਸਾਡੇ ਮੇਜਰ ਢੀਂਡਸਾ ਜੀ ਸਾਡੇ ਭਾਅ ਜੀ ਮਾਨਵੀ ਵਾਲੇ ਉਹ ਵੀ ਪੁੱਜੇ ਹੋਏ ਨੇ ਸੱਤਾ ਪੁੱਜਿਆ ਹੋਇਆ ਤੇ ਨਾਲ ਸਾਡਾ ਕਿਰਪਾਲ ਵੀ ਪੁੱਜਿਆ ਹੋਇਆ ਗੁਰਪ੍ਰੀਤ ਸਰੋਦ ਤੇ ਮੇਰੇ ਵੀਰੋ ਨਾਲ ਸਾਰੇ ਧੰਨਵਾਦ ਕਰਦੇ ਹਾਂ ਤੇ ਨਾਲ ਸਾਡਾ ਭੋਲੇ ਸਰੋਦ ਦਾ ਸਾਡਾ ਵੀਰ ਭੋਲਾ ਕਹਿੰਦਾ ਵੀ ਸ਼ਹੀਦ ਬਾਬਾ ਦਾਦੋ ਮੱਲ ਜੀ 7 ਤੇ 8 ਅਪ੍ਰੈਲ ਨੂੰ ਵਾਲੀਬਾਲ ਘੋੜੀਆਂ ਦੇ ਮੁਕਾਬਲੇ ਇੱਕ ਪਿੰਡ ਉੱਪਰ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ 8 ਅਪ੍ਰੈਲ ਨੂੰ ਖੁੱਲ੍ਹੇ ਸੱਦਿਆ ਜੀ 7 ਤੇ 8 ਤਰੀਕ ਨੂੰ ਵਾਲੀਬਾਲ ਘੋੜੀਆਂ ਤੇ ਕਬੱਡੀ ਦਾ ਕੱਪ ਹੈ ਸ਼ਹੀਦ ਬਾਬਾ ਦਾਦੋ ਮੱਲ ਜੀ ਇਹ ਨੋਟ ਕਰਿਓ ਸਾਹਮਣੇ ਤੱਕਦਿਆਂ ਕਿ ਗੋਰਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਇੱਕ ਗੋਰਾ ਚੱਕ ਵਾਲਾ ਗਾਉਂਦਾ ਹੁੰਦਾ ਕਿ ਫੌਜ ਵਿੱਚੋਂ ਬਾਪੂ ਨੀ ਰਿਟਾਇਰ ਹੋ ਕੇ ਆਇਆ ਮੰਨਦਾ ਨੀ ਗੱਲ ਮੈਂ ਤਾਂ ਬੜਾ ਸਮਝਾਇਆ ਉਹਦਾ ਥਾੜ ਥਾੜ ਵਿਹੜੇ ਬੂਟ ਮਾਰਦਾ ਬਾਪੂ ਕਦੇ ਬੇਬੇ ਤੋਂ ਪਟਾਲੂ ਫੀਤੀਆਂ ਨੀ ਬੁੜਾ ਬਿੰਦੇ ਝੱਟੇ ਬੁੜੀ ਨੂੰ ਸਲੂਟ ਮਾਰਦਾ ਛੇੜ ਕਹਾਣੀ ਕੌਡੀ ਦੇ ਸਲੂਟ ਵਾਜ ਛੋਟਾ ਚੱਲਿਆ ਰੇਡ ਪਾਉਣ ਲਈ ਉਧਰ ਧੰਨਵਾਦ ਆ ਕਹਿੰਦੇ ਵੀ ਸੁਰਜੀਤ ਸਿੰਘ ਪ੍ਰਧਾਨ ਦਾ ਸਦਾਗਰ ਅਲੀ ਦਾ ਤੇ ਮੀਤ ਪ੍ਰਧਾਨ ਹੈ ਰਜਿੰਦਰ ਸਿੰਘ ਚਿੰਦਰੀ 51,000 ਦਿੱਤਾ ਹੈ 1,50,000 ਨਾਲ 1,000 ਲਾਤਾ ਜਿੰਦਰ ਜਿੰਦਰੀ ਕਾਲੇ ਉਰੀ ਸੇਬੀ ਉਰੀ ਤੱਕੋ ਆ ਹਰਿਆਣੇ ਵਾਲਾ ਅਰੇ ਗੱਡੇ ਕੱਢੀ ਜਾ ਰਿਹਾ ਹੈ ਅਰੇ ਗੱਡੇ ਕੱਢੀ ਜਾ ਰਿਹਾ ਹੈ ਦੀਪ ਸਰਸਲ ਦੀ ਧਰਤੀ ਦਾ ਸੁਨੇਹਾ ਸੁਖਜੀਵਨ ਸਿੰਘ ਜੀ ਜਾਇਲਦਾਰ ਸਰਪੰਚ ਸਾਹਿਬ ਤੇ ਜਸਵੀਰ ਸਿੰਘ ਦਿਆਲ ਚੇਅਰਮੈਨ ਸਾਬਰਾਂ ਵੱਲੋਂ ਹੈ ਹਰਿਆਣੇ ਵਾਲੇ ਉਹ 100 ਰੁਪਇਆ ਫੜ ਲਓ ਕਿਰਾ ਸਾਹਮਣੇ ਤੱਕਦਾ ਕਿ ਰਾਜਿਤ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਅੱਜ ਸਾਵਰ ਦੁਗਰੀ ਵਾਲੇ ਦਾ ਵੀ ਸਵਰਨਿਆ ਉਨਾ ਹੀ ਜ਼ੋਰ ਲੱਗਿਆ ਹੋਇਆ ਹੈ ਕਿਉਂਕਿ ਆਪਣਾ ਹੀ ਕਲੱਬ ਆ ਉਹ ਕਹਿੰਦਾ ਮੇਰੇ ਹੀ ਹੈ ਤੇ ਨਾਲ ਗੁਰਪ੍ਰੀਤ ਸਿੰਘਾਲੀ ਹੋਰਾਂ ਦਾ ਵੀ ਧੰਨਵਾਦ ਹੈ ਇੱਧਰੋਂ ਖੰਡਾ ਫੁੱਲ ਖੜਕ ਗਿਆ ਉਹ ਬੱਲੇ ਬੱਲੇ ਥੱਪੜਾਂ ਦਾ ਖੜਕਾ ਬਈ ਬਾ ਹੁਣ ਲੜਨਾ ਪਿਓ ਬਸ ਬਹੁਤ ਹੋ ਗਿਆ ਇੰਨੀ ਵਾਧੂ ਹੁੰਦਾ ਹੈ ਜਦੋਂ ਐਂ ਜੇ ਹੁੰਦਾ ਹੁੰਦਾ ਕਈ ਵਾਰੀ ਮੁੱਕ ਮੁੱਕੀ ਹੋ ਜਾਂਦੇ ਨੇ ਕੱਲ ਵੀ ਹੋ ਗਿਆ ਸੀ ਖੜਕਾ ਸਿਰੇ ਦਾ ਹੀ ਹੋਇਆ ਖੜਕਾ ਸਿਰੇ ਦਾ ਹੋਇਆ ਲਾਡੀ ਰੇਡ ਪਾ ਰਹੇ ਹੈ ਉਧਰ ਸੁੱਖਾ ਤੋਲੇ ਵਾਲੀਆ ਬੈਠਾ ਭਰਾ ਸਾਡਾ ਦੇਖ ਬਈ ਇਹ ਹੈ ਲਾਡੀ ਕਹਿੰਦੇ ਕਕਰਾਲੇ ਦੀ ਧਰਤੀ ਦਾ ਸਰਦਾਰ ਗਿਆਨ ਸਿੰਘ ਭੋਲੇ ਦਾ ਪੁੱਤ ਹੈ ਕੁਲਦੀਪ ਕਕਰਾਲੇ ਵਾਲਾ ਮਾਰ ਕਰਦਾ ਅਮਨਾ ਤੇ ਨਾਲ ਗੁਰਤੇਜ ਸਰਾਓ ਮਾਰ ਕਰਦਾ ਤੇ ਨਛੱਤਰ ਸਿੰਘ ਜੀ ਸਰਾਓ ਯੂਐਸਏ ਵਾਲੇ ਮਾਰ ਕਰਦੇ ਆ ਲਾਡੀ ਦੀ ਖੇਡ ਤੇ ਚਾਲੋ ਜਵਾਨਾ ਟੀਟਾ ਉਧਰੋਂ ਪਿਆਰਾ ਅੱਜ ਲੇਟ ਆ ਗਿਆ ਕਿਤੇ ਸੱਤੇ ਝਨੇੜੀ ਵਾਂਗੂ ਰਿਸ਼ਤੇ ਤਾਂ ਨੀ ਕਰਾਉਣ ਲੱਗ ਗਿਆ ਤੂੰ ਕੱਲ ਇਹਨੇ ਵੀ ਰਿਸ਼ਤਾ ਕਰਾਇਆ ਵਿਆਹ ਕਰਾਇਆ ਛੇੜ ਕਹਾਣੀ ਸਵਰਨੇ ਦੀ
कबड्डी लो टीटू है सरसल वाला इस समय रेड पाता है टीटू सरसल वाला दी रेड पै चुकी है ते चार या फिर जो देखता केड़ा जफा लाऊ ए आर रवि और देखते हैं गुट कदे गिट्टा पर सफल नहीं हुआ ते पॉइंट ताबी दे हिस्से है चल भी जोधे आ पा कबड्डी लो जोधा है कहते तलवंडी चौधरिया वाले जोधे की दुनिया फैन है आज योदा इस समय ककराले वाला कबड्डी पाता है रंजीत शर्मा जी आज पूरे खुश है लो तको इधर हरियाणे वाला टुट के पै गया है के बग्गी तितरी कमादो निकली ओ उड़दी नू बाज पै गया इधरों सौ का नोट भी देता साडे सरदार सुजीवन सिंह जी जैलदार सरपंच साहबां दा जसवीर सिंह जी दल चेयरमैन साहबां दा यफेद है सामने गोड़ा कौडी पाता है प्यारा साउंड मानवी दे स्पीकर खड़कते हैं छिंज मेलिया का कबड्डी कप्पां का राजनीतिक सरेजा का ब्याह शादिया का दीवाना का शिंगार है के हवा चवारे दी साउंड मानवी वाले प्यारे दी ते मौज कहिंदे नहर के किनारे दी ओ साउंड है जिहड़ी साउंड गूंगिया नूं भी बोलन ला दिंदी है हरियाणे की टीम ये मुकाबले की जेतू रही है जी बाइया की फरमायश है पौगा जरूर सुनाने तो उस तो बाद सन्मान भी करवावे सैकल की मांग हुई सैकल भी सुनावे के एक पौगा पी लिया प्रीतू के जमाई ने बहू दे भुलेखे डांग मारी भाई दे एक पौगा पी गया पोले का जगरी टंगा चक गदी दे फसाली घगरी वो बोतल चो पौगा कहिंदे पालू लै गया मझ दे भुलेखे झोटा चोण बह गया भोले के टिड्डे ने पौआ पी के हद तोड़ती झोटे दे भुलेखे बुड़ी खूह नूं जोड़ती एक पौए दी चुंगणी जी अमली ने चूसली राती बीड़ी लागे पट्टू ने रजाई फूकली एक पौआ नंबड़दारा ने पलाता शीरी नूं ओदा रफल चक्की फिरे हाथी दसे कीड़ी नूं खाली पौआ बाणिए नूं पिंडो लभिया तीन चार बंदिया ने घरे छड़िया बई बोतल पी के जट ललकारे मारद कहिंदा डांग उत्ते डेरा विल तेरे यार दे सो जेड़े डॉक्टर